ਤੇ ਪੀਪਲਸ ਪਾਰਟੀ ਦੇ ਮੈਕਸਿਮ ਬਰਨੀਏ ਦਾ ਕਹਿਣਾ ਹੈ ਕਿ ਜੇ ਉਹ ਪ੍ਰਧਾਨ ਮੰਤਰੀ ਬਣਦੇ ਨੇ ਤਾਂ ਉਹਨਾਂ ਦੀ ਸਰਕਾਰ ਇਮੀਗ੍ਰੇਸ਼ਨ ਅਤੇ ਰਿਫਿਊਜੀਆਂ ਦੀ ਗਿਣਤੀ ਵਿੱਚ ਕਟੌਤੀ ਕਰੇਗੀ। ਸਰਹੱਦ ਪਾਰ ਤੋਂ ਕੈਨੇਡਾ ਵਿੱਚ ਪਨਾਹ ਹਾਸਲ ਕਰਨ ਦੇ ਚਾਹਵਾਨਾਂ ਦੀ ਗਿਣਤੀ ਘਟਾਉਣ ਲਈ ਸਰਹੱਦ ਉੱਤੇ ਵਾੜ ਲਗਾਈ ਜਾਵੇਗੀ ਤੇ ਉਹ ਪ੍ਰੋਗਰਾਮ ਨੂੰ ਖਤਮ ਕਰੇਗੀ ਜਿਸ ਨਾਲ ਇਮੀਗ੍ਰੈਂਟਸ ਆਪਣੇ ਪਰਿਵਾਰਾਂ ਨੂੰ ਆਪਣੇ ਕੋਲ ਕੈਨੇਡਾ ਸੱਦਣ ਲਈ ਸਪੌਂਸਰ ਕਰ ਸਕਦੇ ਹਨ। ਟੋਰਾਂਟੋ ਦੇ ਪੱਛਮੀ ਸਬਰਬ ਮਿਸਿਸਾਗਾ ਓਨਟੇਰੀਓ ਵਿੱਚ ਇੱਕ ਇਵੈਂਟ ਵਿੱਚੋਂ ਕਿਊਬਾਕ ਤੋਂ ਐਮਪੀ ਬਰਨੀਏ ਨੇ ਇਹ ਵਿਚਾਰ ਪ੍ਰਗਟ ਕੀਤੇ। ਹਾਲਾਂਕਿ ਓਪੀਨੀਅਨਸ ਪੋਲਸ ਵਿੱਚ ਉਹਨਾਂ ਦੀ ਪੀਪਲਸ ਪਾਰਟੀ 2% ਸਮਰਥਨ ਜਿਟਾਉਣ ਵਿੱਚ ਵੀ ਅਸਫਲ ਦੱਸੀ ਜਾ ਰਹੀ ਹੈ। ਆਪਣੇ ਭਾਸ਼ਣ ਵਿੱਚ ਬਰਨੀਏ ਨੇ ਆਖਿਆ ਕਿ ਉਹ ਸਮਝ ਸਕਦੇ ਨੇ ਕਿ ਇਮੀਗ੍ਰੈਂਟਸ ਆਪਣੇ ਪਿੱਛੇ ਛੱਡੇ ਪਰਿਵਾਰਾਂ ਨੂੰ ਇੱਧਰ ਕਿਉਂ ਲਿਆਉਣਾ ਚਾਹੁੰਦੇ ਨੇ। ਇਹਨਾਂ ਵਿੱਚ ਉਹ ਬਜ਼ੁਰਗ ਵੀ ਸ਼ਾਮਿਲ ਹਨ ਜਿਨ੍ਹਾਂ ਨੂੰ ਸਾਡੇ ਹੈਲਥ ਕੇਅਰ ਸਿਸਟਮ ਤੋਂ ਫਾਇਦਾ ਹੋ ਸਕਦਾ ਹੈ, ਪਰ ਅਸੀਂ ਲੋਕਾਂ ਦੀ ਭਲਾਈ ਦਾ ਠੇਕਾ ਲੈਣ ਵਾਲਾ ਦੇਸ਼ ਨਹੀਂ ਬਣ ਸਕਦੇ। ਉਹਨਾਂ ਕੈਨੇਡਾ ਆਉਣ ਵਾਲੇ ਇਮੀਗ੍ਰੈਂਟਸ ਦੀ ਗਿਣਤੀ ਹਰ ਸਾਲ 1 ਲੱਖ ਜਾਂ 1,50,000 ਤੱਕ ਘਟਾਉਣ ਦਾ ਤਹੱਈਆ ਪ੍ਰਗਟ ਕੀਤਾ। ਉਹਨਾਂ ਇਹ ਵੀ ਆਖਿਆ ਕਿ ਇਹ ਵੀ ਉਹ ਹਾਲ ਹੀ ਵਿੱਚ ਜੇ ਅਰਥਚਾਰੇ ਦੇ ਤੌਰ ਤੇ ਹਾਲਾਤ ਇਜਾਜ਼ਤ ਦੇਣ। ਇਸ ਸਮੇਂ ਕੈਨੇਡਾ 3,50,000 ਇਮੀਗ੍ਰੈਂਟਸ ਨੂੰ ਸਵੀਕਾਰ ਕਰਦਾ। ਬਰਨੀਏ ਨੇ ਆਖਿਆ ਕਿ ਕੈਨੇਡਾ ਨੂੰ ਸਭ ਤੋਂ ਪਹਿਲਾਂ ਆਪਣੇ ਨਾਗਰਿਕਾਂ ਦਾ ਧਿਆਨ ਰੱਖਣਾ ਚਾਹੀਦਾ ਤੇ ਫਿਰ ਅਜਿਹੇ ਨਿਊ ਕਮਰਸ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਜਿਹੜੇ ਦੇਸ਼ ਦੇ ਅਰਥਚਾਰੇ ਨੂੰ ਫਾਇਦਾ ਪਹੁੰਚਾਉਣ। ਉਹਨਾਂ ਮਾਸ ਇਮੀਗ੍ਰੇਸ਼ਨ ਅਤੇ ਐਕਸਟ੍ਰੀਮ ਮਲਟੀਕਲਚਰਲਿਜ਼ਮ ਨੂੰ ਗਲਤ ਦੱਸਿਆ ਅਤੇ ਆਖਿਆ ਕਿ ਅਜਿਹੀਆਂ ਨੀਤੀਆਂ ਸਮਾਜ ਵਿੱਚ ਝਗੜੇ ਅਤੇ ਹਿੰਸਾ ਲਈ ਜ਼ਿੰਮੇਵਾਰ ਹੁੰਦੀਆਂ ਨੇ। ਉਹਨਾਂ ਇਸਲਾਮਵਾਦ ਜਾਂ ਸਿਆਸੀ ਇਸਲਾਮ ਨੂੰ ਵੀ ਕੈਨੇਡਾ ਕਦਰਾਂ ਕੀਮਤਾਂ ਲਈ ਖਤਰਨਾਕ ਦੱਸਿਆ। ਬਰਨੀਏ ਨੇ ਇਹ ਦਾਅਵਾ ਵੀ ਕੀਤਾ ਕਿ ਬਹੁਤ ਸਾਰੇ ਕੈਨੇਡੀਅਨਸ ਉਸ ਨਾਲ ਸਹਿਮਤ ਹੋਣਗੇ। ਬਰਨੀਏ ਦੇ ਹਿਸਾਬ ਨਾਲ ਅੱਧੇ ਤੋਂ ਵੱਧ ਕੈਨੇਡੀਅਨਸ ਦਾ ਮੰਨਣਾ ਹੈ ਕਿ ਇਮੀਗ੍ਰੇਸ਼ਨ ਲੈਵਲ ਕਾਫ਼ੀ ਜ਼ਿਆਦਾ ਹੈ।